ਅਸਲਾਮ ਅਲੈਕਮ ਸਿਆਸੀ ਡੇਰਾ ਤੇ ਖੁਸ਼ ਆਮਦਿਦ ਹਜ਼ੂਰ ਸਡੀ ਦੁਆਏ ਕਿ ਤੁਸੀਂ ਜਿੱਥੇ ਵੀ ਤਸ਼ਰੀਫ ਫਰਮਾਓ ਅੱਲਾ ਪਾਕ ਤੁਹਾਡੇ ਤੇ ਆਪਣਾ ਖਾਸ ਫਜ਼ਲ ਔਰ ਰਹਿਮ ਫਰਮਾਏ ਤੇ ਬਈਓ ਗੱਲ ਇਹ ਵੇ ਸ਼ਹਾਦ ਅਕਬਰ ਸਾਹਿਬ ਤੁਹਾਨੂੰ ਪਤਾ ਹੀ ਹੈ ਸ਼ਹਾਦ ਅਕਬਰ ਸਾਹਿਬ ਕੌਣ ਨੇ ਔਰ ਪਿਛਲੇ 3.5 ਸਾਲ ਤੋਂ ਪਾਕਿਸਤਾਨ ਦੇ ਵਿੱਚ ਉਹਨਾਂ ਨੇ ਕਿੰਨੇ ਅੱਛੇ ਕੰਮ ਕੀਤੇ ਨੇ ਪਾਕਿਸਤਾਨ ਕਿੰਨਾ ਤਰੱਕੀ ਕਰ ਗਿਆ ਹੈ اور پاکستان ਦੇ ਵਿੱਚੋਂ ਕਰਪਸ਼ਨ ਜਿਹੜੀ ਹੈ ਉਹ ਖਤਮ ਹੋ ਗਈ ਹੈ ਇhtisab ਦਾ ਅਮਲ ਜਿਹੜਾ ਇਹਨਾਂ ਹੱਛਾ ਔਰ ਸ਼ਫਾਫ ਹੋਇਆ ਹੈ ਕਿ ਪੂਰੀ ਦੁਨੀਆ ਜਿਹੜੀ ਹੈ ਅੱਜ ਪਾਕਿਸਤਾਨ ਦੀ ਤਾਰੀਫ ਕਰ ਰਹੀ ਹੈ ਔਰ ਮੈਂ ਸਭੀਨਾਂ ਕਿ ਇਸ ਗੱਲ ਤੇ ਤਾੜੀਆਂ ਹੋਣੀਆਂ ਚਾਹੀਦੀਆਂ ਉਹਦੀ وجہ ਇਹ ਹੈ ਕਿ ਖਾਨ ਸਾਹਿਬ ਨੇ 74-75 ਸਾਲ ਵਿੱਚ ਪਹਿਲੀ ਦਫਾ ਆਕੇ ਤੇ ਪਾਕਿਸਤਾਨ ਨੂੰ ਇਹਨਾਂ ਸਾਫ ਔਰ ਸ਼ਫਾਫ ਨਿਜ਼ਾਮ ਇhtisab ਦਿੱਤਾ ਔਰ ਇਹਦੇ ਤੇ ਅਸੀਂ ਖਾਨ ਸਾਹਿਬ ਨੂੰ ਖਰਾਜ ਤਹਿਸੀਮ ਪੇਸ਼ ਕਰਨਾ ਚਾਹੁੰਦੇ ਆ ਗੱਲ ਬੜੀ ਸੁਣਨ ਵਾਲੀ ਜੇ ਮਿੱਠਿਓ ਤੁਹਾਨੂੰ ਪਤਾ ਹੀ ਹੈ ਸਿਆਸੀ ਡੇਰਾ ਤੇ ਹਮੇਸ਼ਾ ਹੀ ਤੁਹਾਨੂੰ ਬੜੀ ਕਮਾਲ ਕਿਸਮ ਦੀ ਜਿਹੜੀ ਹੈ ਨਾ ਇਨਫੋਰਮੇਸ਼ਨ ਔਰ ਗੁਫ਼ਤਗੋ ਜਿਹੜੀ ਹੈ ਉਹ ਮਿਲਦੀ ਰਹਿੰਦੀ ਹੈ ਇਹ ਸਾਡਾ ਖਸ ਹੈ ਸ਼ਦਾਰ ਅਕਬਰ ਸਾਹਿਬ ਡਾ ਨੇ ਇਤਸਾਬ ਦਾ ਉਹ ਲੱਗ ਗਏ مشیر ماشਾ ਅੱਲਾ ਕੈਨੇਡਾ ਦੇ ਵਿੱਚੋਂ ਇਹਨਾਂ ਨੂੰ ਮੰਗਵਾਇਆ ਗਿਆ ਕੈਨੇਡਾ ਦਾ ਪਾਸਪੋਰਟ ਰੱਖਦੇ ਨੇ ਭਾਈ ਵੱਡੇ ਲੋਕ ਨੇ ਤੁਹਾਨੂੰ ਪਤਾ ਹੀ ਹੈ ਉਹ ਫਿਰ ਬਾਹਰ ਇਦਾ ਹੀ ਰੱਖਦੇ ਨੇ ਨਾ ਤੇ ਪਾਕਿਸਤਾਨ ਸਿਰਫ ਆਣਾ ਹੁੰਦਾ ਜਦੋਂ ਵੀ ਕੋਈ ਮਾਰਸ਼ਲਾਈ ਹਕੂਮਤ ਆਂਦੀ ਹੈ ਕੋਈ ਫੌਜੀ ਹਕੂਮਤ ਆਂਦੀ ਹੈ ਤੇ ਇਸ ਤਰ੍ਹਾਂ ਦੇ ਲੋਕ ਜਿਹੜੇ ਨੇ ਉਹਨਾਂ ਨੂੰ ਫਿਰ ਬੁਲਾ ਲਿਆ ਜਾਂਦਾ ਕਿ ਆਜੋ ਰਲ ਕੇ ਖਾਈਏ ਤੇ ਖਾਨ ਸਾਹਿਬ ਜਦੋਂ ਆਏ ਤੇ ਫਿਰ ਇਹ ਸ਼ਹਾਦਤ ਅਕਬਰ ਸਾਹਿਬ ਜਿਹੜੇ ਨੇ ਇਹ ਉਸ ਕੋਟੇ ਚ ਆਏ ਜਿਹੜਾ ਅਸੀਂ ਤੁਹਾਨੂੰ ਹਮੇਸ਼ਾ ਹੀ ਕਹਿੰਨੇ ਹੁੰਦੇ ਆ ਜਿਨ੍ਹਾਂ ਲੋਕਾਂ ਨੇ ਫੰਡ ਵੀ ਕੀਤਾ ਔਰ ਜਿਨ੍ਹਾਂ ਲੋਕਾਂ ਨੇ ਵੱਡ ਚੜ ਕੇ ਸਾਰਾ ਕੁਝ ਜਿਹੜਾ ਉਹ ਡੀ ਚੌਕ ਦਾ ਧਰਨਾ ਔਰ ਜਰਨ ਪਾਸ਼ਾ ਔਰ ਜ਼ੈਰੁਲ ਇਸਲਾਮ ਔਰ ਸਾਰਾ ਜਿਹੜਾ ਸਿਸਟਮ ਹੈ ਨਾ ਉਹ ਤੁਹਾਨੂੰ ਪਤਾ ਤੇ ਹੈ ਸਾਰਾ ਉਹ ਜਿਹੜਾ ਗੇਮ ਸੀ ਉਹ ਉਸੇ ਕੋਟੇ ਦੇ ਵਿੱਚੋਂ ਇਹ ਸ਼ਹਿਜ਼ਾਦ ਅਕਬਰ ਸਾਹਿਬ ਨੂੰ ਕੈਨੇਡਾ ਤੋਂ ਸਪੈਸ਼ਲ ਬੁਲਾਇਆ ਗਿਆ ਕਿ ਆਓ ਇੱਥੇ ਤੇ ਸ਼ਰੀਫ ਫੈਮਿਲੀ ਦਾ ਇਹਤਸਾਬ ਕਰੋ ਕਿਉਂਕਿ ਜ਼ਾਰੀ ਗੱਲ ਹੈ ਸ਼ਰੀਫ ਫੈਮਿਲੀ ਜਿਹੜੀ ਹੈ ਖਾਨ ਸਾਹਿਬ ਨੂੰ ਬੜਾ ਉਹਨਾਂ ਨਾਲ ਪਿਆਰ ਹੈ ਮੁਹੱਬਤ ਹੈ ਔਰ ਸ਼ਹਿਜ਼ਾਦ ਅਕਬਰ ਸਾਹਿਬ ਨੂੰ ਛੱਡਿਆ ਗਿਆ ਇਖਤਿਆਰਾਤ ਦਿੱਤੇ ਗਏ ਹੁਣ ਕੀ ਬੰਦਾ ਸਾਡੇ 3 ਸਾਲ ਤੋਂ ਬਾਅਦ ਖਾਨ ਸਾਹਿਬ ਜਦੋਂ ਪਿਛਲੇ ਹਫਤੇ ਉਹਨਾਂ ਨੂੰ ਪੁੱਛਦੇ ਨੇ ਕਿ ਹਾਂ ਵੀ ਸਾਡੇ 3 ਸਾਲ ਹੋ ਗਏ ਨੇ ਤੇ ਕੋਈ ਬੰਦਾ ਤੂੰ ਨਹੀਂ ਫੜਿਆ ਨਾ ਕੋਈ ਕੇਸ ਅਦਾਲਤ ਵਿੱਚ ਨਾ ਤੇਰੇ ਕੋਲ ਕੋਈ ਸਬੂਤ ਏ ਨਾ ਤੇਰੇ ਕੋਲ ਕੋਈ ਗਵਾਹ ਏ ਤੂੰ ਕੀ ਕਰਦਾ ਫਿਰਨੇ ਕੀ ਤੂੰ ਕੀਤਾ 1 ਅਰਬ ਰੁਪਏ ਵੀ ਤੂੰ ਉਜਾੜ ਛੜੇ ਨੇ ਨਵਾਜ਼ ਸ਼ਰੀਫ ਦੀ ਕਰਪਸ਼ਨ ਲਬਦਿਆਂ ਲਬਦਿਆਂ 200 ਅਰਬ ਰੁਪਇਆ ਤੂੰ ਪਾਕਿਸਤਾਨ ਦਾ ਲਾਅ ਛੜਿਆ 28 ਦੌਰੇ ਤੋਂ ਬਾਅਦ ਦੇ ਮਲਕਾਂ ਦੇ ਕੀਤੇ ਨੇ ਪੂਰੀ ਅਯਾਸ਼ੀ ਤੂੰ ਤੇਰੇ ਮੈਂ ਕਰਾਈ ਹੈ ਲੈਕਿਨ ਤੂੰ ਨਾ ਕੋਈ ਕੇਸ ਨਾ ਕੋਈ ਗੱਲ ਨਾ ਕੋਈ ਬਤ ਤੂੰ ਕੀਤਾ ਕੀ ਐ ਉਹ ਅਗਵੰਦਾ ਖਾਨ ਸਾਹਿਬ ਜੋ ਤੁਸਾਂ ਮੈਨ ਕਿਹਾ ਸੀ ਹੋਰ ਨਾ ਚੀਜ਼ਾਂ ਚ ਦਮਖਾਮ ਹੀ ਕੋਈ ਨਹੀਂ ਸੀ ਕੇਸ ਬਣਦੇ ਹੀ ਨਹੀਂ ਸੀ ਤੇ ਮੈਂ ਕਿਹਾ ਬਿਓ ਖਾਨ ਸਾਹਿਬ ਕਹਿ ਰਹੇ ਨੇ ਤੇ ਚਲੋ ਡੰਗ ਜਿਹੜਾ ਟਪਾਈ ਜਾਓ ਤੇ ਨਾਲ ਨਾਲ ਆਪਣਾ ਮਾਲ ਜਿਹੜਾ ਵੀ ਬਣਾਈ ਜਾ ਜਦੋਂ ਸਾਰੇ ਜੀ ਮਾਲ ਬਣਾ ਰਹੇ ਨੇ ਤੇ ਸ਼ਾਹਜਾਹ ਅਕਬਰ ਸਾਹਿਬ ਬਿੜ ਨੇ ਕਿ ਉਹਨਾ ਮਾਲ ਬਣਾਣ ਇਹ ਤੇ ਫਿਰ ਜ਼ਿਆਤੀ ਹੋਏਗੀ ਨਾ ਵੈਸੇ ਹੀ ਸ਼ਾਹਜਾਹ ਸਾਹਿਬ ਨਾਲ ਭਾਏ ਅਗਰ ਵਜ਼ੀਰ ਆਜ਼ਮ ਸਾਹਿਬ ਔਰ ਉਹਨਾਂ ਦੇ ਸਾਰੇ ਯਾਰ ਬੈਲੀ ਸੱਜਣ ਮਿੱਠੇ ਪੈਸਾ ਬਣਾ ਰਹੇ ਹੋਣਗੇ ਤੇ ਸ਼ਾਹਜਾਹ ਅਕਬਰ ਨਾ ਬਣਾਏ ਇਹ ਤਾਂ ਵੈਸੇ ਹੀ ਕਾਨੂੰਨ ਦੀ ਖਿਲਾਫਤ ਜੀ ਉਹਨੇ ਕਹਾ ਜੀ ਮੈਂ ਤਾਂ ਬੜੀ ਕੋਸ਼ਿਸ਼ ਕੀਤੀ ਹੈ ਕੇਸਾਂ ਦੇ ਵਿੱਚ ਜਾਨ ਦਮ ਖਮ ਕੋਈ ਨਹੀਂ ਹੈ ਇਹ ਸਾਰੇ ਉਹਨਾਂ ਦੇ ਆਪਣੇ ਪੈਸੇ ਨੇ ਆਪਣੀਆਂ ਫੈਕਟਰੀਆਂ ਨੇ ਆਪਣੇ ਉਹਨਾਂ ਦੇ ਧੰਦੇ ਨੇ ਉਹਨਾਂ ਨੇ ਕੋਈ ਪਬਲਿਕ ਮਨੀ ਜਿਹੜੀ ਹੈ ਨਾ ਕਿਸੇ ਠੇਕੇ ਚ ਨਹੀਂ ਖਾਦੀ ਤੇ ਇਹ ਸਾਡੇ 3.5 ਸਾਲਾਂ ਦੀ ਮੇਰੀ ਇਹ ਹੀ ਰਿਪੋਰਟ ਜੇ ਅਗੋਂ ਤੁਹਾਡੀ ਆਪਣੀ ਮਰਜ਼ੀ ਉਹ ਖਾਨ ਸਾਹਿਬ ਨੂੰ ਗੁੱਸਾ ਆ ਗਿਆ ਖਾਨ ਸਾਹਿਬ ਨੇ ਉਹਨੂੰ ਫਰਕ ਕਰ ਦਿੱਤਾ ਫਟਾਫਟ ਉਹ ਖਾਨ ਸਾਹਿਬ ਜਦੋਂ ਫਰਕ ਕੀਤਾ ਤਾਂ ਖਾਨ ਸਾਹਿਬ ਦੇ ਸਾਰੇ ਤਰਜਮਾਨ ਜਿਹੜੇ ਨੇ ਉਹ ਫਿਰ ਸ਼ਹਾਦਤ ਅਖਬਾਰ ਤੇ ਚੜ ਗਏ ਉਹਨਾਂ ਕਹਿੰਦੇ ਬਈ ਇਹ ਤੇ ਬੜਾ ਵੱਡਾ ਦੋ ਨੰਬਰ ਆਦਮੀ ਹੈ ਕਰਪਸ਼ਨਿਸ ਬਹੁਤ ਜ਼ਿਆਦਾ ਕੀਤੀ ਹੈ ਕਬਜ਼ੇ ਕੀਤੇ ਨੇ ਜ਼ਮੀਨਾਂ ਤੇ ਔਰ ਬਾਹਰ ਪੈਸਾ ਬੜਾ ਨੇ ਟ੍ਰਾਂਸਫਰ ਕੀਤਾ ਹੈ ਮਲਕ ਰਿਆਜ਼ ਕੋਲੋਂ ਵੀ ਇਹਨੇ 5 ਅਰਬ ਜਿਹੜਾ ਉਹ ਲੈ ਲਿਆ ਸੀ ਔਰ ਲੰਡਨ ਦੇ ਵਿੱਚ ਜਦੋਂ ਮਲਕ ਰਿਆਜ਼ ਫੜਿਆ ਗਿਆ 45 ਅਰਬ ਉਹਦਾ ਉਹਦੇ ਚੋਂ ਵੀ 5 ਅਰਬ ਖਾ ਗਿਆ ਔਰ ਇੱਥੇ ਬੜਿਆਂ ਲੋਕਾਂ ਕੋਲ ਇਸ ਪੈਸਾ ਖਾਦਾ ਹੈ ਧਮਕੀਆਂ ਦੇ ਕੇ ਔਰ ਫਰਾਡ ਕਰਕੇ ਔਰ ਰਿੰਗ ਰੋਡ ਪਿੰਡੀ ਚੋਮੀ ਬੜਾ ਮਾਲ ਇਸ ਖਾਦਾ ਤੇ ਜ਼ਮੀਨਾਂ ਤੇ ਕਬਜ਼ੇ ਕੀਤੇ ਆ ਜੀਟੀ ਰੋਡ ਤੇ ਤੇ ਇਸ ਵਾਸਤੇ ਖਾਨ ਸਾਹਿਬ ਨੇ ਉਹਨੂੰ ਕੱਢਿਆ ਕਿਉਂਕਿ ਉਹ ਉਹ ਦੋ ਨੰਬਰ ਨਿਕਲ ਆਇਆ ਸੀ ਔਰ ਖਾਨ ਸਾਹਿਬ ਤੁਹਾਨੂੰ ਪਤਾ ਹੈ ਪਸੰਦ ਨਹੀਂ ਕਰਦੇ ਕੋਈ ਕਰਪਟ ਆਦਮੀ ਆਪਣੇ ਕਰੀਬ ਤੇ ਇਸ ਵਾਸਤੇ ਖਾਨ ਸਾਹਿਬ ਨੇ ਸ਼ਹਾਦ ਅਕਬਰ ਨੂੰ ਘਰ ਦਿੱਤਾ ਫਾਰਗ ਹੁਣ ਸ਼ਹਾਦ ਅਕਬਰ ਜਿਹੜਾ ਉਹਦੇ ਖਿਲਾਫ ਖਬਰਾਂ ਲਗਣੀਆਂ ਹੋ ਗਈਆਂ ਸ਼ੁਰੂ ਤੇ ਸ਼ਹਜ਼ਾਦ ਅਕਬਰ ਹੁਣ ਪਾਕਿਸਤਾਨ ਤੋਂ ਫਰਾਰ ਹੋਣਾ ਚਾਹੁੰਦੇ ਨੇ ਇਹ ਤੁਹਾਨੂੰ ਮੈਂ ਬੜੀ ਅੰਦਰ ਦੀ ਖਬਰ ਦੇ ਰਿਹਾ ਸ਼ਹਜ਼ਾਦ ਅਕਬਰ ਸਾਹਿਬ ਨੇ ਟਿਕਟ ਵੀ ਕਰਾ ਲਈ ਹੈ ਸ਼ਹਜ਼ਾਦ ਅਕਬਰ ਸਾਹਿਬ ਅਗਲੇ ਚੰਨ ਦਿਨਾਂ ਦੇ ਵਿੱਚ ਜਹਾਜ਼ ਤੇ ਬੈ ਕੇ ਚੁੱਪ ਕਰਕੇ ਸਵਿਟਜ਼ਰਲੈਂਡ ਜਾ ਕੇ ਉਤਰਨਗੇ ਉੱਥੇ ਆਪਣਾ ਹਫਤਾ 10 ਦਿਨ ਸਕੂਨ ਕਰਨਗੇ ਬੜਾ ਅੱਛਾ ਮਾਹੌਲ ਹੁੰਦਾ ਉੱਥੇ ਔਰ ਉਸ ਤੋਂ ਬਾਅਦ ਫਿਰ ਉਹ ਲੰਡਨ ਚਲੇ ਜਾਣਗੇ ਜਿੱਥੇ ਉਹਨਾਂ ਦਾ ਇੱਕ ਅਪਾਰਟਮੈਂਟ ਹੈ ਉਸਹਾਰੇ ਗੱਲੇ ਉਹ ਵੀ ਤੇ ਕਿਸੇ ਕਿਤੇ ਅਰੇ ਖਰੀਦੇ ਹੋਣਾ ਨਾ ਤੇ ਉਸ ਤੋਂ ਬਾਅਦ ਫਿਰ ਉਹ ਫਿਰਦੇ ਫਰਾਂਦੇ ਕੈਨੇਡਾ ਚਲੇ ਜਾਣਗੇ ਅਮਰੀਕਾ ਚਲੇ ਜਾਣਗੇ ਵੱਡੇ ਲੋਗ ਨੇ ਤੇ ਇਹ ਮੈਂ ਆਖਿਆ ਮੈਂ ਤੁਹਾਨੂੰ ਖਬਰ ਦੇ ਦਿਆਂ ਕਿ ਪਾਕਿਸਤਾਨੀਓ ਇਤਿਹਾਸਾਬ ਦੇ ਨਾਂ ਤੇ ਫਰਾਡ ਕਰਨ ਵਾਲਾ ਸ਼ਖਸ ਪਾਕਿਸਤਾਨ ਤੋਂ ਫਰਾਰ ਹੋ ਗਿਆ ਜੇ ਅਗਰ ਕੋਈ ਅਦਾਲਤ ਉਹਨੂੰ ਰੋਕ ਸਕਦੀ ਹਤੇ ਰੋਕ ਲਵੇ ਸ਼ੁਕਰੀਆ